ਬਰਨਾਲਾ ਦੇ ਵਿੱਚ ਜੰਗਲਾਤ ਵਰਕਰ ਯੂਨੀਅਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਹੈ, ਪ੍ਰਦਰਸ਼ਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਸਾਂਸਦ ਮੀਤ ਹੇਅਰ ਅਤੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਪ੍ਰਦਰਸ਼ਨ ਕੀਤਾ ਗਿਆ ਹੈ। ਇਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਦੋਂ ਤੱਕ ਉਹ ਪ੍ਰਦਰਸ਼ਨ ਜਾਰੀ ਰੱਖਣਗੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਬਰਨਾਲਾ ਦੀਆਂ ਨੇ, ਜਿੱਥੇ ਇੱਕ ਪਾਸੇ ਜਿਮਨੀ ਚੋਣ ਦਾ ਰੰਗ ਭਖਿਆ ਹੋਇਆ ਹੈ, ਚੋਣ ਅਖਾੜਾ ਭਖਿਆ ਹੋਇਆ, ਔਰ ਦੂਜੇ ਪਾਸੇ ਜੰਗਲਾਤ ਵਰਕਰ ਯੂਨੀਅਨ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸਾਂਸਦ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਚੋਣ ਦਫ਼ਤਰ ਦੇ ਬਾਹਰ ਇਹਨਾਂ ਵਣ ਕਰਮੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਬੈਰੀਕੇਡਿੰਗ ਲਗਾਈ ਗਈ ਹੈ, ਪੁਲਿਸ ਦੇ ਨਾਲ ਉਹਨਾਂ ਦੀ ਹਲਕੀ ਧੱਕਾਮੁੱਕੀ ਵੀ ਹੋਈ ਹੈ। ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕੋਈ ਗੱਲਬਾਤ ਨਹੀਂ ਸੁਣੀ ਗਈ ਹੈ ਅਤੇ ਧਰਨਾ ਦੇ ਕੇ ਸੜਕ 'ਤੇ ਜਾਮ ਲਾਇਆ ਗਿਆ ਹੈ। ਸੂਬਾ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਉੱਪਰ ਚੋਣਾਂ ਦੇ ਦੌਰਾਨ ਵਾਅਦਾ ਖਿਲਾਫ਼ੀ ਦਾ ਆਰੋਪ ਲਗਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰਿਆਂ ਦੇ ਨਾਲ ਕੱਚੇ ਕਰਮਚਾਰੀਆਂ ਦੇ ਨਾਲ ਉਹਨਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। 2.5 ਸਾਲ ਦੇ ਵਿੱਚ ਸਰਕਾਰ ਨੇ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਚਾਰੇ ਵਿਧਾਨ ਸਭਾ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਏਗਾ। ਕੀ ਨਾਮ ਤੁਹਾਡਾ? ਜੰਗਲਾਤ ਵਰਕਰ ਯੂਨੀਅਨ ਪੰਜਾਬ ਸੂਬਾ ਜਨਰਲ ਸੈਕਟਰੀ ਜਸਵੀਰ ਸਿੰਘ ਸੀਰਾ। ਅੱਜ ਕਿਸ ਲੈਵਲ 'ਤੇ ਧਰਨਾ ਦਿੱਤਾ ਜਾ ਰਿਹਾ ਸੀ? ਕੀ ਮੰਗਾਂ ਨੂੰ ਅਤੇ ਕੀ ਗੱਲ ਹੋਈ ਸਾਰੀ? ਭਗਵੰਤ ਮਾਨ ਸਰਕਾਰ ਨੇ 2023 ਪੋਲਸੀ ਬਣਾਈ ਹੈ 10 ਸਾਲ ਦੇ ਵਰਕਰਾਂ ਨੂੰ ਰੈਗੂਲਰ ਕਰਨ ਵਾਸਤੇ। ਉਹਦੇ ਵਿੱਚ ਇਹਨਾਂ ਨੇ ਦੋ ਸ਼ਰਤਾਂ ਲਾ ਦਿੱਤੀਆਂ ਜੰਗਲਾਤ ਕਾਮਿਆਂ ਦੇ ਵਿੱਚ। ਇੱਕ ਤਾਂ ਲਗਾਤਾਰ 10 ਸਾਲ ਇੱਕ ਘੱਟੋ ਘੱਟ 8ਵੀਂ ਪਾਸ ਹੋਣਾ ਜ਼ਰੂਰੀ ਹੈ ਕਹਿੰਦੇ, ਪਰ ਜਿਹੜੇ ਸਾਡੇ ਕੰਮ ਆ ਉੱਥੇ 8ਵੀਂ ਪਾਸ ਦੀ ਕੋਈ ਲੋੜ ਨਹੀਂ ਗੀ, ਕਿਉਂਕਿ 8ਵੀਂ ਪਾਸ ਲੋੜ ਨਹੀਂ ਗੀ, ਕਿਉਂਕਿ ਬੂਟੇ ਲਾਉਣ ਵਾਲੇ ਕਾ ਵਰਕਰ ਹੈ, ਇਹਨਾਂ ਨੂੰ 8ਵੀਂ ਪਾਸ ਦੀ ਲੋੜ ਨਹੀਂ ਗੀ। ਪਰ ਅਸੀਂ ਇਸ ਦੇ ਵਿਰੋਧ ਵਿੱਚ ਮੀਟਿੰਗਾਂ ਵੀ ਹਰਪਾਲ ਚੀਮੇ ਨਾਲ ਕਈ ਕਰ ਚੁੱਕੇ ਹਾਂ, ਪਰ ਸਾਨੂੰ ਮੀਟਿੰਗਾਂ ਦਾ ਛਿੱਟਾ ਭਰੋਸਾ ਦੇ ਕੇ ਮੋੜ ਦਿੱਤਾ ਗਿਆ ਸੀ ਵੀ ਸ਼ਰਤਾਂ ਹਟਾ ਦਿੱਤੀਆਂ ਜਾਣਗੀਆਂ, ਪਰ ਹਜੇ ਤੱਕ ਕੋਈ ਲੈਟਰ ਜਾਰੀ ਨਹੀਂ ਹੋਇਆ ਵੀ ਅਸੀਂ ਤੁਹਾਨੂੰ ਕੱਚੇ ਕਾਮਿਆਂ ਨੂੰ ਪੱਕੇ ਕਰ ਦਾਂਗੇ ਵੀ ਲੈਟਰ ਜਿਹੜੀਆਂ ਤੁਹਾਡੀਆਂ ਦੋ ਸ਼ਰਤਾਂ ਹਟਾ ਦਿੱਤੀਆਂ। ਉਸੇ ਨੂੰ ਲੈ ਕੇ ਅੱਜ ਅਸੀਂ ਰੋਸ ਧਰਨਾ ਦੇ ਰਹੇ ਸੀਗੇ। ਅਸੀਂ ਕੀ ਮੰਗ ਰਹੇ ਸੀਗੇ? ਅਸੀਂ ਕਹਿ ਰਹੇ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ, ਪਰ ਅਸੀਂ 2 ਘੰਟੇ ਪਿੱਛੇ ਬੈਠੇ ਰਹੇ ਸ਼ਾਂਤਮਈ। ਅਸੀਂ ਸਰਕਾਰ ਨੂੰ ਕਹਿ ਰਹੇ ਸੀ, ਪ੍ਰਸ਼ਾਸਨ ਨੂੰ ਕਹਿ ਰਹੇ ਸੀ ਸਾਨੂੰ ਮੀਟਿੰਗ ਦਾ ਸਮਾਂ ਦਵਾਇਆ ਜਾਵੇ, ਪਰ ਅਸੀਂ ਮੀਟਿੰਗ ਦਾ ਸਮਾਂ ਨਹੀਂ ਦਿੱਤਾ। ਫਿਰ ਅਸੀਂ ਰੋਸ ਮਾਰਚ ਕੀਤਾ, ਕੋਠੀ ਮੂਹਰੇ ਆਏ, ਫਿਰ ਵੀ ਨਹੀਂ ਦਵਾਏ। ਹੁਣ ਅਸੀਂ ਰੋਡ ਜਾਮ ਕਰਕੇ ਬੈਠੇ ਉਹਨਾਂ ਚਿਕਰ ਬੈਠਾਂਗੇ ਜਿੰਨਾ ਚਿਕਰ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਮਿਲਦਾ ਮੁੱਖ ਮੰਤਰੀ ਸਾਹਿਬ ਨਾਲ। ਨਹੀਂ, ਇੱਥੇ ਬੈਠਾਂਗੇ, ਨਹੀਂ ਜਾਣਗੇ ਘਰਾਂ ਨੂੰ, ਜੰਗਲਾਤ ਕਾਮੇ ਨਹੀਂ ਜਾਣਗੇ, ਇੱਥੇ ਬੈਠਾਂਗੇ, ਇੱਥੇ ਰਵਾਂਗੇ। ਮੇਰਾ ਨਾਂ ਜਸਵਿੰਦਰ ਸਿੰਘ ਜੀ, ਮੈਂ ਬਠਿੰਡੇ ਤੋਂ ਹਾਂ, ਸਰਕਲ ਫਿਰੋਜ਼ਪੁਰ ਦਾ ਸਰਕਲ ਪ੍ਰਧਾਨ ਹਾਂ। ਸਾਡੀਆਂ ਜਿਹੜਾ ਅੱਜ ਬਰਨਾਲੇ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ 20 ਤਰੀਕ ਨੂੰ, ਅਸੀਂ ਇਹਦਾ ਵਿਰੋਧ ਕਰਨ ਵਾਸਤੇ ਆਏ ਹਾਂ। ਸਾਡੀ ਇੱਕੋ ਇੱਕ ਮੰਗ ਹੈ ਕਿ ਜਿਹੜੇ ਕੱਚੇ ਕਾਮੇ 20-25 ਸਾਲਾਂ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਪਰ ਸਰਕਾਰ ਦਾ ਵਿੱਤ ਮੰਤਰੀ ਸਾਡੇ ਨਾਲ 2 ਵਾਰੀ ਮੀਟਿੰਗ ਕਰ ਚੁੱਕਾ ਹੈ, 11 ਵਾਰੀ ਮੀਟਿੰਗ ਦੇ ਕੇ ਭੱਜ ਚੁੱਕਿਆ ਹੈ, 11 ਮੀਟਿੰਗਾਂ ਦੇ ਸਾਡੇ ਕੋਲ ਲੈਟਰ ਹੈ ਜਿਹੜੀ ਮੌਕੇ 'ਤੇ ਆ ਕੇ ਮੀਟਿੰਗ ਕੈਂਸਲ ਹੋ ਜਾਂਦੀ ਹੈ। ਅਸੀਂ ਅੱਜ ਵੀ ਇਹ ਮੀਟਿੰਗ ਦੀ ਮੰਗ ਹੀ ਕਰ ਰਹੇ ਹਾਂ ਵੀ ਸਾਨੂੰ ਸਰਕਾਰ ਇੱਕ ਲੈਟਰ ਜਾਰੀ ਕਰਕੇ ਮੀਟਿੰਗ ਦੇ ਅਤੇ ਸਾਡੀ ਗੱਲ ਸੁਣੇ। ਅਸੀਂ ਸਰਕਾਰੇ ਦੁਆਰੇ ਗੱਲ ਰੱਖਣਾ ਚਾਹੁੰਦੇ ਹਾਂ, ਪਰ ਸਰਕਾਰ ਸਾਡੀ ਗੱਲ ਨਹੀਂ ਸੁਣਨੀ। ਇਹ ਜਿਹੜੇ ਕਾਮੇ ਆ ਸਮੇਂ ਦੇ ਅਤੇ ਸਰਕਾਰਾਂ ਦੇ ਤਪਾਏ ਹੋਏ ਕਾਮੇ ਨੇ, ਤਾਂ ਕਰਕੇ ਇਹਨਾਂ ਅਸੀਂ ਅੱਜ ਦਾ ਇਹ ਰੋਡ ਜਾਮ ਕੀਤਾ ਅਤੇ ਲੋੜ ਪਈ ਤਾਂ ਅਸੀਂ ਮੀਤ ਹੇਅਰ ਦੀ ਕੋਠੀ ਵੱਲ ਵੀ ਜਾਵਾਂਗੇ। ਧੰਨਵਾਦ। ਬੈਰੀਗੇਡ ਨਹੀਂ ਤੋੜਿਆ ਅਸੀਂ ਜੀ, ਅਸੀਂ ਰੋਡ ਜਾਮ ਕਰਿਆ ਰੋਡ ਜਾਮ ਕਰਕੇ ਅਸੀਂ ਆਪਦਾ ਰੋਸ ਜ਼ਾਹਿਰ ਕਰ ਰਹੇ ਹਾਂ ਵੀ ਸਾਨੂੰ ਮੀਟਿੰਗ ਦਾ ਲੈਟਰ ਦਿੱਤਾ ਜਾਵੇ, ਸਾਡੇ ਨਾਲ ਗੱਲਬਾਤ ਕਰੀ ਜਾਵੇ। ਮੇਰਾ ਨਾਂ ਰਣਜੀਤ ਸਿੰਘ ਆ, ਮੈਂ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆ। ਜੋ ਕਿ ਸਾਨੂੰ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਭਰੋਸੇ ਦਿੱਤੇ ਸੀ ਵੀ ਆਉਂਦੇ ਸਮੇਂ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਸੀਂ ਸਾਰੇ ਕਾਮੇ ਕੱਚੇ ਪੱਕੇ ਕਰਾਂਗੇ, ਪਰ ਅਜੇ ਤੱਕ ਕੋਈ ਵੀ ਕੰਮ ਆ ਪੱਕਾ ਨਹੀਂ ਕੀਤਾ ਗਿਆ। ਸਾਡੀਆਂ ਘੱਟ ਤੋਂ ਘੱਟ 3-4 ਮੀਟਿੰਗਾਂ ਹਰਪਾਲ ਚੀਮਾ ਜੀ ਮੰਤਰੀ ਨਾਲ ਹੋ ਚੁੱਕੀਆਂ ਨੇ, ਪਰ ਮੰਗਾਂ ਮੰਨ ਲੈਂਦੇ ਨੇ ਅਤੇ ਪਰ ਸਾਡੀਆਂ ਲਾਗੂ ਨਹੀਂ ਕੀਤੀਆਂ ਗਈਆਂ ਹੈਗੀਆਂ। ਅਤੇ ਜਿਹੜੀਆਂ ਜੂਮਨੀ ਚੋਣਾਂ ਚੱਲ ਰਹੀਆਂ ਅਸੀਂ ਉਹਦੇ ਵਿੱਚ ਵੀ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇ, ਸਾਨੂੰ ਕੋਈ ਸਮਾਂ ਦਿੱਤਾ ਜਾਵੇ। ਪਰ ਅਸੀਂ ਸਵੇਰ ਦੇ ਕਿੰਨਾ ਗਾ ਇਹ ਮੀਤ ਹੇਅਰ ਦੇ ਕੋਠੀ ਘਰੀ ਬੈਠੇ ਹਾਂ, ਪਰ ਕੋਈ ਵੀ ਇਹ ਸਰਕਾਰ ਵੱਲੋਂ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ। ਅਸੀਂ ਮਜਬੂਰ ਹੋ ਕੇ ਇਹ ਬੈਰੀਗੇਡ ਵੀ ਤੋੜੇ ਨੇ। ਜੇਕਰ ਇਹਨਾਂ ਨੇ ਨਾ ਸਾਡੀ ਕੋਈ ਗੱਲਬਾਤ ਸੁਣੀ,
ना कच्चे कामे पक्के किते ना साडियां मंगां च वाधा कीता ते असीं आउण वाले समें च जिहड़ियां चार जिमनी चोलां जा रहियां ने हर किसान जाके इस सरकार दा विरोध करांगे ते इहनां नूं मूंह तोड़ जवाब देवांगे ते आउण वाले जिहड़ी 27 दी इलैक्शन आ उहदे विच वी वाधा करांगे इहनां नूं विधान सभा दी पौड़ियां नहीं चढ़न देवांगे जे इहनां ने कच्चे कामे साडे पक्के ना कीते साडे कणक नवें कामगार ना खोले TADA जिहड़ा सानूं मिलदा उह ना दित्ता ते आउण वाले समें दे विच इह तों अगला संघर्ष जिहड़ा वा होर तिखा कीता जाऊगा इहनां दे रोड जाम कीते जाणगे भगवंत मान दी कोठी तक भी जाणा पिया ते जरूर जावांगे इहनां कहिंदा।